हाँ जी दोस्तों, स्वागत है थोड़ा अपने एक होर नवी वीडियो के। आस करता सारे वधिया होवांगे। पहला जिहड़े वीर ने अपना चैनल नहीं सबसक्राइब किया कर लो, क्योंकि तुहाडे लई नवें नवें वीडियो आपां ल्याउंदे रहिणे आ सेल वेच वालियां चंगीयां घोड़ियां दी। ते अज अपने सामने घोड़ी खड़ी हैगी, ते अपनी फार्म ते अपना भरा लई खड़ा गा। बहुत चंगी घोड़ी है, बड़ा प्यारा रंग है इहदा, ते दे भी आपां जायज जे रेट दी देणी हैगी। ते बाकी सारी गल आपां वीडियो च करदे आ, अगे जाके तुहानूं घोड़ी दिखाउणे आ नाले। ते आ जाओ ਹਾਂਜੀ ਬਈ, ਇਹਦਾ ਰੰਗ ਕਿਹੜਾ ਕਿਹੜਾ ਰੰਗ ਕਹਿੰਦੇ ਨੇ ਜਿਹੜਾ ਇਹਦਾ ਰੰਗ ਹੈਗਾ? ਰੰਗ ਬਹੁਤ ਪਿਆਰਾ ਤੇ ਉਂ ਤਾਂ ਇਹਨੂੰ ਨੀਲਾ ਚੰਬਾ ਕਹਿ ਦਿੰਦੇ ਬਈ। ਅੱਛਾ, ਤੇ ਪਰ ਇਹ ਆ ਜਾਂਦੀ ਹੈ ਪੌਣੀ ਨੁਕਰਾਂ ਚ ਕਹਿ ਦਿੰਦੇ ਨੂੰ। ਅੱਛਾ, ਪੌਣੀ ਨੁਕਰੀ ਆ। ਪੌਣੀ ਨੁਕਰੀ ਉਹ ਚਿੱਟਾ ਬਣ ਵੱਧ ਹੈ ਜੀ ਸਾਰਾ। ਤੇ ਇਹ ਕੁੜੀ ਆਪਾਂ ਸੇਲ ਹੀ ਕਰਨੀ ਨਾ? ਹਾਂ ਹਾਂ, ਸੇਲ ਹੀ ਕਰਾਂਗੇ। ਠੀਕ ਹੈ, ਤੇ ਆਪਣਾ ਉਮਰ ਦੱਸੋ ਪਹਿਲਾਂ, ਤਾਂ ਉਮਰ ਕਿੰਨੀ ਹੈ ਜੀ ਸਾਰਿਆਂ ਨੂੰ ਪਹਿਲਾਂ? ਉਮਰ ਵੀਰੇ ਨਵੀਂ ਹੈ ਹਜੇ, 5.5 ਸਾਲ ਦੀ ਘੋੜੀ ਹੈਗੀ, 50 ਲੱਗੀ ਆ। ਠੀਕ ਹੈ, ਤੇ ਬਾਕੀ ਦੰਦ ਦਿਖਾ ਦੋ ਤੁਸੀਂ, ਮੂੰਹ ਪੱਟ ਕੇ ਦਿਖਾ ਦਿੰਦੇ ਆਪਾਂ। ਨਵੇਂ ਨਵੀਂ ਹੈ ਘੋੜੀ ਤਾਂ ਹਜੇ। ਲੈ ਵੀ ਦੋਸਤੋ, ਦੰਦ ਉਹਨਾਂ ਦੇਖ ਲਓ, ਤੁਸੀਂ ਦੇਖ ਲਓ ਉਮਰ ਦਾ ਅੰਦਾਜ਼ਾ, ਇੱਥੋਂ ਲਾ ਸਕਦੇ ਨੇ ਪਾਰਖੂ ਬੰਦੇ। ਤੇ ਘੋੜੀ ਬਹੁਤ ਚੰਗੀ ਹੈਗੀ। ਕਿੰਨਾ ਕੱਦ ਹੈ ਇਹਦਾ? ਕੱਦ ਦਾ ਵੀਰੇ 60 ਇੰਚ। 60 ਇੰਚ ਕੱਦ ਆ, ਤੇ ਪੌੜ ਪੂੜ ਤੁਸੀਂ ਦੇਖ ਸਕਦੇ ਹੋ, ਬਹੁਤ ਚੰਗਾ। ਹੱਡ ਗੁੱਡ ਦੀ ਬਹੁਤ ਮਜ਼ਬੂਤ ਆ, ਸੰਭਾ ਸੰਭਾ ਦੀ ਮਜ਼ਬੂਤ ਹੈ ਪੂਰੀ। ਤੇ ਛਾਤੀ ਛੁੱਤੀ ਵੀ ਖੁੱਲੀ ਛਾਤੀ ਆ ਮੂਹਰੋਂ, ਇੱਕ ਤੁਸੀਂ ਦੇਖ ਸਕਦੇ ਹੋ। ਤੇ ਕੰਨ ਕਨੌਤੀ ਬਹੁਤ ਚੰਗੀ ਹੈ, ਛੋਟੇ ਕੰਨਾਂ ਦੀ ਹੈਗੀ। ਤੇ ਸਵਾਰੀ ਸਵੂਰੀ ਦੀ ਵੀ ਪਾਸ ਹੈਗੀ। ਤੇ ਸਵਾਰੀ ਦੇ ਵੀਡੀਓ ਵੀ ਆਪਾਂ ਅੱਗੇ ਲਾਵਾਂਗੇ, ਪਹਿਲਾਂ ਤੁਹਾਨੂੰ ਘੋੜੀ ਦਿਖਾ ਦਿੰਦੇ ਆ ਚਾਰੇ ਪਾਸੋਂ। थोड़ी जी लिस्सी जरूर आ, भर के ना ये दुगनी दिखनी है। ते पौरियां दी साफ है, लोग जिम्मे मर्जी खोली जाओ, बनी जाओ, बच्चे फिर बहुत चंगी चीज। एक बार ऐ कर भाई, उधर नू लै जा, उधर मोड़ ली, तोर के दिखा दे अपने दर्शकां। आ जाओ उधर, रंग देखो मित्रों, कितना प्यारा रंग है। उधर थोड़ी जी तेज ले आई, एक बार इदा दर्शक चेक कर लो। ते इदू बाद च आपां इहदी सवारी दे वीडियो भी लावांगे, सवारी भी करवाउंदी हैगी इह, ते बहुत चंगी आ। रेट भी आपां एंड ते दसांगे वीडियो च। ਹੁਣ ਆਪਾਂ ਤੁਹਾਨੂੰ ਰੇਟ ਦੱਸਦੇ ਹਾਂ ਬਾਈ ਤੋਂ ਪੁੱਛ ਕੇ, ਨਾਲੇ ਆਪਾਂ ਨੰਬਰ ਵੀ ਬੋਲ ਪੁੱਛਾਂਗੇ, ਇੱਕ ਵੀਡੀਓ ਦੇ ਉੱਤੇ ਵੀ ਲਾ ਦਾਂਗੇ ਨੰਬਰ। ਹਾਂਜੀ ਬਾਈ, ਇੱਕ ਵਾਰ ਨਾ ਆਪਣੇ ਦਰਸ਼ਕਾਂ ਨੂੰ ਪਹਿਲਾਂ ਤਾਂ ਇਹਦਾ ਪ੍ਰਾਈਜ਼ ਦੱਸ ਦੇ, ਵੀ ਕੀ ਡਿਮਾਂਡ ਕਰਦੇ ਹੋ? ਪ੍ਰਾਈਜ਼ ਤਾਂ ਬਾਈ ਜੀ ਆਪਾਂ ਤਾਂ ਜਾਇਜ਼ ਹੀ ਰੱਖਿਆ ਗਾ, ਸਿਰਫ 1,45,000 ਰੁਪਇਆ। ਠੀਕ ਹੈ, 1,45,000 ਦੇਣ ਲੈਣ ਜੇ ਅਲੱਗ ਵੀ ਕਰ ਦੋਗੇ? ਦੇਣ ਲੈਣ ਦਾ ਬਸ ਕਰ ਦਾਂਗੇ, ਜਿਵੇਂ ਕੋਈ ਆਊਗਾ ਬੰਦਾ ਨਾ, ਵੀ ਥੋੜ੍ਹਾ ਮਾਨ ਤਾਂ ਜ਼ਰੂਰ ਕਰਾਂਗੇ ਆਪਾਂ। ਹਾਂ ਹਾਂ, ਥੋੜ੍ਹਾ ਮੋਟਾ ਖੋਜ ਕਰਕੇ ਤੋਰਾਂਗੇ, ਇਹੋ ਜੀ ਗੱਲ ਨਹੀਂ। ਠੀਕ ਹੈ, ਤੇ ਦਰਸ਼ਕੋ ਜਾਇਜ਼ ਜਿਹਾ ਰੇਟ ਹਨਾ, ਬਾਕੀ ਚੰਗੀ ਬਹੁਤ ਆ ਘੋੜੀ, ਤੁਹਾਨੂੰ ਪਤਾ ਹੀ ਅੱਜ ਕੱਲ 1,00,000 ਤੋਂ ਥੱਲੇ ਤਾਂ ਕੋਈ ਘੋੜੀ ਹੈ ਹੀ ਨਹੀਂ। ਕਹਿੰਦਾ ਮਤਲਬ ਬਾਕੀ ਰੰਗ ਦੇਖਾ ਤੁਸੀਂ ਨਾ, 100% ਚਾਂਸ ਹੈ ਨੌਕਰੀ ਹੀ ਦੇਣਾ ਇਹਨਾਂ ਦਾ। ਬਾਕੀ ਅੱਜ ਕੱਲ ਤੁਹਾਨੂੰ ਪਤਾ ਕੋਈ ਗਲਤੀ ਹੈ ਹੀ ਨਹੀਂ ਆਪਾਂ ਨੂੰ, ਘੋੜੀਆਂ ਸਮਾਨੀ ਚੜੀਆਂ ਪਈਆਂ ਨੇ, ਤੇ ਆਹ ਰੰਗ ਤਾਂ ਤੁਹਾਨੂੰ ਕਿਤੇ ਮਿਲਦਾ ਹੀ ਨਹੀਂਗਾ। ਬਹੁਤ ਚੰਗਾ ਰੰਗ ਹੈਗਾ, ਤੇ ਰੇਟ ਵੀ ਬਾਈ ਨੇ ਜਾਇਜ਼ ਜਾ ਕਰਿਆ। ਬਾਕੀ ਫੋਨ ਲਾ ਲਿਓ, ਫੋਨ ਨੰਬਰ ਦਵਾ ਦਿੰਦੇ ਆ ਬਾਈ, ਇੱਕ ਵਾਰ ਨਾ ਇਹਦਾ ਨੰਬਰ ਬੋਲ ਦੇ ਵੀਡੀਓ ਦੇ ਵਿੱਚ। ਨੰਬਰ ਹੈਗਾ ਵੀਰੇ ਆਪਣਾ 76965। ਠੀਕ ਹੈ, 100-24 76965-100-24। ਹਾਂ, 7695651024। ਠੀਕ ਹੈ, ਇੱਕ ਵਾਰ ਆਪਣੀ ਲੋਕੇਸ਼ਨ ਵੀ ਬੋਲ ਦਿਓ ਕਿੱਥੇ। ਲੋਕੇਸ਼ਨ ਵੀਰੇ ਆਪਣੀ ਜ਼ਿਲ੍ਹਾ ਪੈ ਜਾਂਦਾ ਬਰਨਾਲਾ ਆਪਾਂ ਨੂੰ। ਠੀਕ ਹੈ, ਤੇ ਪਿੰਡ ਆਪਣਾ ਹੰਡਿਆਇਆ ਗਿਆ, ਜਿਹੜਾ ਆਪਣਾ ਫਾਰਮ ਆ ਹੰਡਿਆਇਆ, ਜਦੋਂ ਗੁਰਦੁਆਰਾ ਅੜੀਸਰ ਸਾਹਿਬ ਰੋਡ ਤੇ ਜਾਂਦੇ ਆਪਾਂ, ਰੋਡ ਦੇ ਉੱਤੇ ਫਾਰਮ ਆ ਜੀ। ਠੀਕ ਹੈ, ਤੇ ਦਰਸ਼ਕੋ ਆਪਾਂ ਸਾਰੀ ਲੋਕੇਸ਼ਨ ਵੀ ਦੱਸਤੀ ਤੁਹਾਨੂੰ, ਹੈ ਨਾ, ਨੰਬਰ ਵੀ ਬੋਲਤਾ, ਨੰਬਰ ਆਪਾਂ ਵੀਡੀਓ ਦੇ ਉੱਪਰ ਵੀ ਲਾਤਾ, ਤੇ ਚਾਹਵਣ ਵੀਰ ਇਸ ਨੰਬਰ ਤੇ ਕੰਟੈਕਟ ਕਰ ਲਿਓ। ਬਾਕੀ ਰੇਟ ਤੁਹਾਨੂੰ ਬਾਈ ਨੇ ਦੱਸਤਾ, ਬਾਕੀ ਟਾਈਮ ਤੇ ਵੀ ਹੋ ਜਾਊਗਾ ਮਾਨਤਾਨ, ਤੇ ਫੋਨ ਲਾ ਲਿਓ। ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ।
ਅੱਗੇ ਆਉਣੇ ਫਿਰ ਕਿਸੇ ਹੋਰ ਨਵੀਂ ਵੀਡੀਓ ਨਾਲ। ਮਾੜੀ ਢਿੱਲੀ ਛੱਡ, ਢਿੱਲੀ ਛੱਡ, ਜਾਣ ਦੇ ਥੋੜ੍ਹੀ ਜਿਹੀ ਸਪੀਡ 'ਤੇ।